तेन गीता मैं किन्नी बार कहा भी दिन त्योहार हुंदा ते घर टिक के बह जाया करो, पर तुसी अपनी मन मर्जी कर दे हो, किसे स्याने दा कहना तो मान लिया करो। कल रखड़ी दा दिन है, तेनू होना चाहिए इत्थे 10-11 बजे ते तू वड़ना आके 6 बजे। जे मुंडे दे सवेरे सवेरे रखड़ी ना बनी ते फिर उन्हें मूंह बनाना है, फिर तुसी कहना भरा गुस्सा करदा है। ठीक है भाई, जिद्दां तुहाडी मर्जी है, फिर तुसी अपनी मर्जी करो। जैसमीन इत्थे बह पुत मेरे कोल। रखड़ी बन के चली जांदी, हुण मुंडा सवेरे गुट खाली लैके फिरेगा। जे मैं कुछ बोलांगी फिर इन्हां ने कहना भी तू मुंडे दी साइड लैनी है, उहनूं आप नहीं कुछ पता चलदा। कोई गल नहीं मम्मी, सोरियां दी रिश्तेदारी भी तो नूहां नहीं देखनी है, जे ना देखन तो सोरे ताने मेने मारन लग पैंदे ने। चल ठीक है फिर, कुड़ी दी भी ना मजबूरी है, ते तू सवेरे मुंडे दे रखड़ी बन के ना थोड़ा शगन कर दई। मम्मी मैं बनना पवन दे रखड़ी? देख लो एक बारी राधिका नु पुछ लो। दियोर भरजाईओ भैण भरावां वांगू रहंदे हो, कदे ओ तेरे काम आंदा है, कदे तू ओदे काम आनी है, विच राधिका कौन हुंदी है बोलण वाली? मम्मी तुहानू पता ही है राधिका दा सुभाअ ਕਿੱਦਾਂ ਹਰ ਗੱਲ ਤੇ ਖਾਨ ਵੱਡਣ ਨੂੰ ਆਉਂਦੀ ਹੈ। ਮੈਂ ਕਹਿੰਦੀ ਇੱਕ ਵਾਰੀ ਤੁਸੀਂ ਗੱਲ ਕਰ ਦਿਓ, ਫਿਰ ਮੈਂ ਪਵਨ ਦੀ ਰੱਖੜੀ ਬੰਨ ਦਿੰਦੀ ਹਾਂ। ਜਾ ਫਿਰ ਤੂੰ ਇੱਕ ਵਾਰੀ ਰਾਧਿਕਾ ਨਾਲ ਗੱਲ ਕਰ ਰਿਹਾ, ਜੇ ਕੁਛ ਬੋਲਦੀ ਹੈ ਨਾ ਫਿਰ ਮੈਨੂੰ ਆਵਾਜ਼ ਦੇ ਲਈ। ਨਹੀਂ ਮੰਮੀ ਤੁਸੀਂ ਇੱਕ ਵਾਰੀ ਮੇਰੇ ਨਾਲ ਚੱਲੋ, ਤੁਸੀਂ ਆਪ ਹੀ ਗੱਲ ਕਰੋ। ਤੂੰ ਜਾ, ਉਹ ਹਊਆ ਕੋਈ, ਤੂੰ ਐਵੇਂ ਡੇਰੀ ਜਾਨੀ ਹੈ। ਨਾਲੇ ਰਾਧਿਕਾ ਨੂੰ ਪੁੱਛੀ ਜਰਾ ਵੀ ਤੂੰ ਸਵੇਰੇ ਆਪਣੇ ਪੇਕੇ ਕਿੰਨੇ ਵਜੇ ਜਾਣਾ। ਚਲੋ ਠੀਕ ਹੈ ਮੰਮੀ, ਤੁਸੀਂ ਕਹਿੰਦੇ ਹੋ ਤਾਂ ਮੈਂ ਇੱਕ ਵਾਰੀ ਉਹਦੇ ਨਾਲ ਗੱਲ ਕਰਕੇ ਦੇਖਦੀ ਹਾਂ। ਉੱਠਿਆ ਕਰ ਥੋੜ੍ਹੀ ਦੇਰ ਰਾਧਿਕਾ। ਹਾਂਜੀ। ਗੀਤਾ ਦੀਦੀ ਨਾ ਕਿਤੇ ਕੰਮ ਗਏ ਨੇ ਅਤੇ ਉਹਨਾਂ ਨੇ ਕੱਲ੍ਹ ਸ਼ਾਮੀ 6 ਵਜੇ ਆਉਣਾ। ਫਿਰ ਕੀ, ਰੱਖੜੀ ਤਾਂ ਸਵੇਰੇ 10 ਵਜੇ ਦੀ ਹੁੰਦੀ ਹੈ ਨਾ ਦੀਦੀ, ਸ਼ਾਮ ਨੂੰ ਮੁੜਦੀ ਪਈ ਹੈ, ਅਤੇ ਕਿੱਦਾਂ ਕਰੀਏ ਫਿਰ? ਹਰ ਵਾਰ ਰੱਖੜੀ 'ਤੇ ਇਹਨਾਂ ਦਾ ਕੋਈ ਨਾ ਕੋਈ ਨਵਾਂ ਡਰਾਮਾ ਹੀ ਹੁੰਦਾ, ਇਸ ਵਾਰੀ ਆ ਡਰਾਮਾ ਸ਼ੁਰੂ ਹੋ ਗਿਆ, ਹੋਰ ਕੀ। ਨਹੀਂ ਨਹੀਂ ਰਾਧਿਕਾ, ਨੂੰਹਾਂ ਨੂੰ ਨਾ ਸਭ ਕੁਛ ਦੇਖਣਾ ਪੈਂਦਾ ਵੈ, ਦੀਦੀ ਵੀ ਉਸ ਘਰ ਦੀ ਨੂੰਹ ਹੈ ਤਾਂ ਉਹਨਾਂ ਨੂੰ ਕੋਈ ਕੰਮ ਪੈ ਗਿਆ ਹੋਣਾ ਵੈ, ਅਤੇ ਮੈਂ ਕਹਿੰਦੀ ਸੀ ਮੈਂ ਬੰਨਦਾ ਪਵਨ ਦੀ ਰੱਖੜੀ। ਕਰ ਲਓ ਘਿਓ ਨੂੰ ਭਾਂਡਾ, ਮੇਰਾ ਵੀ ਘਰ ਵਾਲਾ ਵਿਚਾਰਾ ਇੱਕ ਪਾਸੇ ਨਿਕਲਦਾ ਦੂਜੇ ਪਾਸੇ ਫਸ ਜਾਂਦਾ। ਨਾ ਨਾ ਤੁਸੀਂ ਕਦੋਂ ਹੇਜ ਲੈਂਦੇ ਪਏ ਹੋ ਮੇਰੇ ਘਰ ਵਾਲੇ ਦਾ, ਗੁੱਟ ਉਹਦਾ ਸੁਣਨਾ ਰਹਿਣਾ, ਸ਼ਰਮ ਭੈੜਾ ਨੂੰ ਆਣੀ ਚਾਹੀਦੀ ਹੈ। ਨਾ ਨਾ ਰਾਧਿਕਾ, ਪਵਨ ਮੇਰੇ ਭਰਾਵਾਂ ਵਰਗਾ ਵੈ, ਹਰ ਦੁੱਖ ਸੁੱਖ 'ਚ ਮੇਰੇ ਕੰਮ ਆਉਂਦਾ, ਜੇ ਮੈਂ ਬੰਨਦਾਂਗੀ ਉਹਦੇ ਰੱਖੜੀ ਤਾਂ ਕੀ ਹੋ ਗਿਆ? ਨਾ ਨਾ ਜੈਸਮੀਨ ਦੀਦੀ, ਰਹਿਣ ਦਿਓ ਤੁਸੀਂ, ਤੁਹਾਡੀਆਂ ਵੀ ਡਿਮਾਂਡਾਂ ਨਾ ਆਹ ਗੀਤਾ ਦੀਦੀ ਵਾਂਗੂ ਹਾਈ ਲੈਵਲ 'ਤੇ ਆ, ਉਹ ਵੀ ਹਰ ਵਾਰੀ ਮੂੰਹ ਅੱਡਦੀ ਹੈ, ਇਸ ਵਾਰੀ ਤੁਸੀਂ ਵੀ ਕੁਛ ਵੱਡਾ ਸੋਚਿਆ ਹੋਣਾ ਤਾਂ ਹੀ ਤੁਸੀਂ ਕਹਿੰਦੇ ਵੀ ਉਹ ਰੱਖੜੀ ਬੰਨਣ ਦੀ। ਰਾਧਿਕਾ ਤੂੰ ਤਾਂ ਸਾਡੇ ਦਿਓਰ ਭਰਜਾਈ ਦੇ ਰਿਸ਼ਤੇ ਨੂੰ ਪੈਸੇ ਨਾਲ ਤੋਲਣ ਲੱਗ ਪਈ ਹੈ, ਮੈਂ ਤਾਂ ਪਵਨ ਦਾ ਹੀ ਸੋਚਦੀ ਪਈ ਸੀ, ਕੰਮ 'ਤੇ ਗੁੱਟ ਖਾਲੀ ਲੈ ਕੇ ਜਾਏਗਾ ਤਾਂ ਦੁਨੀਆ ਉਹਨੂੰ ਕੀ ਪੁੱਛੇਗੀ, ਤੂੰ ਤਾਂ ਮੇਰੇ 'ਤੇ ਇਲਜ਼ਾਮ ਲਾਉਣ ਲੱਗ ਪਈ ਹੈ ਕਿ ਮੈਂ ਪੈਸਿਆਂ ਦੀ ਲਾਲਚਣ ਹਾਂ। ਨਾ ਜੈਸਮੀਨ ਦੀਦੀ, ਇੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ, ਇੰਨੇ ਸਾਲਾਂ 'ਚ ਤੁਹਾਨੂੰ ਖਿਆਲ ਨਹੀਂ ਆਇਆ ਇਹਨਾਂ 'ਤੇ ਰੱਖੜੀ ਬੰਨਣ ਦਾ, ਇੱਕਦਮ ਤੁਹਾਨੂੰ ਭੈਣ ਦਾ ਪਿਆਰ ਯਾਦ ਕਿੱਥੋਂ ਆ ਗਿਆ? ਰਾਧਿਕਾ ਹਰ ਰੱਖੜੀ 'ਤੇ ਮਨ ਤਾਂ ਮੇਰਾ ਵੀ ਬਹੁਤ ਹੁੰਦਾ ਸੀ ਕਿ ਮੈਂ ਪਵਨ 'ਤੇ ਰੱਖੜੀ ਬੰਨਾਂ, ਪਰ ਤੇਰੇ ਡਰ ਤੋਂ ਮੈਂ ਚੁੱਪ ਕਰ ਜਾਂਦੀ ਸੀਗੀ। ਤੈਨੂੰ ਪਤਾ ਮੇਰੇ ਬੱਚੇ ਦਾ ਆਪਣੇ ਬੱਚੇ ਤੋਂ ਵੱਧ ਕਰਦਾ ਵੈ, ਜੇ ਮੈਂ ਕਿਤੇ ਜਾਣਾ ਹੁੰਦਾ ਵੈ ਤਾਂ ਭਰਾ ਵਾਂਗੂ ਮੇਰੇ ਨਾਲ ਤੁਰਦਾ। ਰਾਧਿਕਾ ਜਦੋਂ ਇੱਕ ਵਾਰ ਸੀ ਨਾ ਰੱਖੜੀ 'ਤੇ ਮੈਂ ਤਾਂ ਉਦੋਂ ਵੀ ਬੰਦੀ ਹੁੰਦੀ ਸੀਗੀ, ਪਤਾ ਤੈਨੂੰ ਭਰਾ ਵਾਂਗੂ ਮੈਨੂੰ ਆਰਡਰ ਮਾਰਦਾ ਹੁੰਦਾ ਸੀ, ਅੱਜ ਮੈਂ ਇਹ ਨਹੀਂ ਖਾਣਾ, ਮੇਰੇ ਵਾਸਤੇ ਆਹ ਬਣਾਓ, ਮੈਂ ਆਹ ਕੱਪੜੇ ਨਹੀਂ ਪਾਉਣੇ, ਮੇਰੇ ਨਾਲ ਚੱਲੋ, ਬਸ ਮੈਂ ਤੇਰੇ ਕਰਕੇ ਹੁਣ ਬੰਦ ਕਰ ਦਿੱਤੀ ਹੈ ਰੱਖੜੀ ਬੰਨੀ। ਹਾਂ ਇਹ ਤਾਂ ਮੈਨੂੰ ਇਹਨਾਂ ਨੇ ਵੀ ਦੱਸਿਆ ਸੀ ਵੀ ਜਦੋਂ ਮੈਂ ਕੁਵਾਰਾ ਹੁੰਦਾ ਸੀ ਤਾਂ ਜੈਸਮੀਨ ਭਾਬੀ ਮੇਰੇ ਰੱਖੜੀ ਬੰਨਦੀ ਹੁੰਦੀ ਸੀ, ਅਤੇ ਮਤਲਬ ਮੈਨੂੰ ਤੁਸੀਂ ਬੁਰਾ ਬਣਾਇਆ ਹੈ ਵੀ ਮੇਰੇ ਕਰਕੇ ਤੁਸੀਂ ਇਹਨਾਂ ਨੂੰ ਰੱਖੜੀ ਨਹੀਂ ਬੰਨਦੇ। ਰਾਧਿਕਾ ਵਿਆਹ ਤੋਂ ਬਾਅਦ ਨਾ ਜਨਾਨੀ ਦੇ ਕਿਤੇ ਨਾ ਕਿਤੇ ਮਨ 'ਚ ਆ ਹੀ ਜਾਂਦਾ, ਭੈਣਾਂ ਹੁੰਦੇ ਸੁਣਦੇ ਆ ਭਰਜਾਈ ਰੱਖੜੀ ਕਿਉਂ ਬੰਨਦੀ ਪਈ ਹੈ, ਲਾਲਚ ਵੀ ਬੰਨਦੀ ਹੋਏਗੀ ਨਾ ਜੈਸਮੀਨ ਦੀਦੀ। ਅੱਜ ਦੇ ਟਾਈਮ 'ਚ ਜੇ ਭੈਣਾਂ ਲਾਲਚਣ ਹੋ ਸਕਦੀਆਂ ਤਾਂ ਭਾਬੀਆਂ ਕਿਉਂ ਨਹੀਂ ਹੋ ਸਕਦੀਆਂ? ਰਾਧਿਕਾ ਇਹੀ ਤਾਂ ਮੈਂ ਤੇਰੀ ਸੋਚ ਬਦਲਣੀ ਹੈ, ਕੱਲ੍ਹ ਪਵਨ ਦੇ ਰੱਖੜੀ ਵੀ ਬੰਨਾਂਗੀ ਅਤੇ ਪੱਲੇ ਸਗਨ ਵੀ ਉਹਨੂੰ ਮੈਂ ਦੇਵਾਂਗੀ, ਹੁਣ ਦੱਸ ਮੈਂ ਉਹਦੇ ਰੱਖੜੀ ਬੰਨ ਸਕਦੀ ਹਾਂ? ਲੈ ਕਮਲੀਏ ਹੁਣ ਤੂੰ ਸਿਰ ਥੱਲੇ ਸੁੱਟ ਲਿਆ ਵੈ, ਮੇਰੀ ਗੱਲ ਸੁਣ, ਉਹ ਮੇਰੇ ਤੋਂ ਛੋਟਾ ਵੈ, ਮੈਂ ਉਹਨੂੰ ਸਗਨ ਦਿੰਦੀ ਚੰਗੀ ਲੱਗਦੀ ਹਾਂ ਕਿ ਉਹ ਤੋਂ ਸਗਨ ਲੈਂਦੀ? ਰਾਧਿਕਾ ਇੰਨੇ ਸਾਲ ਹੋ ਗਏ ਤੈਨੂੰ ਇਸ ਘਰ 'ਚ ਰਹਿੰਦੀ ਨੂੰ, ਤੂੰ ਹਾਲੇ ਤੱਕ ਮੈਨੂੰ ਸਮਝੀ ਨਹੀਂ। ਜੈਸਮੀਨ ਤੂੰ ਇਹਨੂੰ ਸਫਾਈਆਂ ਕਿਉਂ ਦੇ ਰਹੀ ਹੈ? ਇਹਦੇ ਘਰ ਵਾਲੇ ਦਾ ਗੁੱਟ ਸੁਣਨਾ ਰਹਿ ਜੇ ਉਹ ਇਹਨੂੰ ਮਨਜ਼ੂਰ ਹੈ, ਪਰ ਭਾਬੀ ਰੱਖੜੀ ਬੰਨ ਦੇਵੇ ਉਹ ਇਹਨੂੰ ਮਨਜ਼ੂਰ ਨਹੀਂ ਹੈਗਾ।
मम्मी ओही तेनू मैं समझानी पी हां कि भैणां दी भरजाइयां लालचन नहीं हुंदियां, मैनू अपने दियोर ते भरावां वांगू मान है, तां मैं कहनी पी कि मैं उहदे रखड़ी बननी है। सॉरी जसमीन दीदी, ते मम्मी मैं तां इह समझ बैठी सी वी भैणां ते भरजाइयां जो भी रखड़ी बनदियां ना उह सिर्फ पैसे दे लालच नूं रखड़ी बनदियां, पर हुण तुसीं मेरियां अखां खोलतियां, इह रिश्ता पैसे दा नहीं, इह तां रिश्ता प्यार नाल चलदा। जिद्दां राधिका समझ गई है ना ओदा तुसी भी थोड़ा समझो, जे अगर अपने दियोर नूं या जेठ नूं भरा नूं रखड़ी बन्नदे हो ते ओह इक प्यार है, कोई लैण देण दी लालच नहीं हैगी, इह रिश्ते हैगे ने सिर्फ प्यार दे, इहनूं प्यार नाल नज़र नाल देखो। और कुछ जनानियां ना यही गल्लां करके कि लैण देण करके अपने भैण भरावां दे रिश्ते च फुट पवा लैंदे ने, ते प्लीज रिश्तियां नूं जोड़ के रखो, आपां तुहानूं इस वीडियो राही यही कहना चाहुंदे हां। तो रिश्तिया नूं तोड़ना बहुत औखा है लेकिन इन्हां नूं हमेशा बनाए रखना बहुत औखा है। तो मैं सो उन्हां भैणां वास्ते भरावां वास्ते रिक्वेस्ट करदी हां कि जिन्हां दी अपनी भैणां भरावां च लड़ाई होई हुई है एक दूजे नूं फोन कर लवो, क्योंकि रखड़ी दा त्यौहार ही इदां दा वे कि कोई भी गिला शिकवा होवे जरूर खत्म हुंदा वे। ते जिन्हां दे भी आपसी गुस्से गिले ने फटाफट दूर करो ते रखड़ी दा त्यौहार सोहणा मनाओ।